Jabodi Bhagavad Guru.
సాయం వెంటి బాబా నానక్ దీన పావన కురుమారే సమాధియన్ లో కోయి రసనా బాంధీ నా రహే సారే గురు నానక్ దే ప్యార్ విచ ఉన్నా ది శోభా విచ జోడియే సారే మిలకే కీర్తన కరియే కహదే ఓ ప్యార్ విచ పిటకే తన్న గురు నానక్ తన్న గురు నానక్ తన్న గురు నానక్ నానక్ తన్న గురు నానక్ తన్న గురు నానక్.
सच्ची गल तो यह है जिहड़ा गुरु नूं धन कहिंदा है वह जिहड़ा गुरु नानक नूं धन कह दिंदा है उहदी अपनी धन धन हो जाती है। जिहड़ा गुरु की जय जयकार करता उहदी अपनी जय जयकार हो जाती है। प्रबंधकां ने उद्यम किया है 550 साल कई समागम आपां हुण रल बैठ करने ने सतसंगी ਇਹ ਧੰਨ ਗੁਰੂ ਨਾਨਕ ਦੀ ਧੁਨੀ ਗੂੰਜਦੀ ਰਹੀ ਹਿਰਦੇ ਤੱਕ ਉਤਰ ਜਾਏ। ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ ਉਹ ਜਿਹੜੇ ਸ਼ਰਧਾ ਅਤੇ ਪਿਆਰ ਨਾਲ ਗੁਰੂ ਨਾਨਕ ਨੂੰ ਧੰਨ ਕਹਿ ਦਿੰਦੇ ਨੇ ਇੱਕ ਵਾਰੀ ਵੀ ਉਹਨਾਂ ਦਾ ਲੋਕ ਪੁਰਲੋਕ ਸੌਰ ਜਾਂਦਾ ਹੈ। ਆਓ ਸਮਾਧੀਆਂ ਲਾਇਓ ਪਿਆਰ ਵਿੱਚ ਭਿੱਜ ਕੇ ਗੁਰੂ ਨਾਨਕ ਨੂੰ ਧੰਨ ਕੇ ਹੋ। ਅੱਜ ਪਹਿਲਾ ਦੀਵਾਨ ਹੈ ਪ੍ਰਬੰਧਕਾਂ ਉਦਮ ਕੀਤਾ ਆਪਾਂ ਬਾਬਾ ਨਾਨਕ ਜੀ ਦੇ ਪਿਆਰ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਰੋਜ਼ ਹੀ ਗੁਰੂ ਨਾਨਕ ਨੂੰ ਧੰਨ ਆਖਣਾ ਹੈ। ਧੰਨ ਗੁਰੂ ਨਾਨਕ ਧੰਨ ਆਹ
Yeah.
ਸਾਰੀ ਜ਼ਿੰਦਗੀ ਅੱਲਾ ਨੂੰ ਇਹੀ ਉਲਾਂਭੇ ਰਹੇਗੀ
ਕਿ ਮੇਰੇ ਪੱਲੇ ਦੌਲਤ ਵੀ ਪਾ। ਹੁਣ ਅਗਲੀ ਵਾਰ ਸੁਣਿਆ ਜੀ ਜਿਹੜੀ ਦੌਲਤਾਂ ਕਹਿੰਦੀ ਕਹਿਣ ਲੱਗੀ ਮੈਂ ਤਾਂ ਕਾਲੂ ਜੀ ਜਦੋਂ ਦਾ ਤੇਰੇ ਲਾਲ ਨੂੰ ਵੇਖਿਆ ਇਹ ਦੌਲਤਾਂ ਇੰਨੀ ਅਮੀਰ ਹੋ ਗਈ ਹੈ ਮੈਨੂੰ ਇੰਝ ਲੱਗਦਾ ਹੈ ਵੀ ਸਭ ਤੋਂ ਅਮੀਰ ਮੈਂ ਹੀ ਹਾਂ ਜਦੋਂ ਦਾ ਤੇਰੇ ਲਾਲ ਨੂੰ ਵੇਖਿਆ। ਇੰਨੀ ਅਮੀਰ ਹੋ ਗਈ ਅਚੋਖਾ ਪਿਆ ਧਨ ਵੀ ਮੈਨੂੰ ਤੁਸ਼ ਪਿਆ ਨਜ਼ਰ ਆਉਂਦਾ ਸੱਚੀ ਪਿਆ ਦਿਓ। ਅੱਜ ਤੁਸੀਂ ਵੀ ਵੱਡੇ ਘਰ ਵਿੱਚ ਵਧਾਈਆਂ ਦੇਣ ਆਏ ਹੋ। ਕਹਿ ਰਹੀ ਗਈ ਇੱਕ ਵਾਰ ਕਰਕਾਰ ਵੇਖੇ ਚੋਜ ਖੜਾ ਕਰਕਾਰ ਵੇਖੇ ਚੋਜ ਖੜਾ ਸਿਮਰੋ ਜੀ ਗੁਰੂ ਬੋਲੇਗਾ ਤੇ ਸਭ ਦੀਆਂ ਚੋੜੀਆਂ ਭਰਨਗੀਆਂ। ਇਸ ਲਈ ਤੁਸੀਂ ਵੱਡੇ ਘਰ ਚ ਵਧਾਈਆਂ ਦੇਣ ਆਏ ਹੋ, ਆ ਰਿਸ਼ਤੇਦਾਰਾਂ ਦੇ ਜਾਂਦੇ ਹੋ ਉੱਥੇ ਵੀ ਤੇ ਚਾਰ ਗੱਲਾਂ ਕਰਦੇ ਹੀ ਹੋ। ਅੱਜ ਤੇ ਗੁਰੂ ਨਾਨਕ ਦੇ ਘਰ ਆਏ ਹੋ, ਇਸ ਲਈ ਆਓ ਸਾਰੇ ਮਿਲ ਕੇ ਜਪੋ, ਰਸ ਲਓ ਕੀਰਤਨ ਦਾ। ਕਹਿ ਦਈਏ ਗੁਰੂ ਨਾਨਕ ਦੀ ਸੋਭਾ ਵਿੱਚ ਕਰਕਾਰ ਵੇਖੇ ਚੋਜ ਖੜਾ ਕਰਕਾਰ ਵੇਖੇ ਚੋਜ ਖੜਾ ਜਪੋ ਸਾਡੇ ਵਰਗੇ ਗਰੀਬਾਂ ਨੂੰ ਵੀ ਬੈਠਣ ਵਾਸਤੇ ਪੀੜੇ ਡਾਲ ਦਿੰਦੀ, ਫਿਰ ਅੱਗੇ ਕੀ ਗੱਲ ਤੋਰਦੀ। ਦੌਲਤਾਂ ਕਹਿੰਦੀ ਤ੍ਰਿਪਤਾ ਤੂੰ ਆਪਣੀ ਪਿੰਡ ਦੀ ਰੁਗਾਂ ਨੂੰ ਜਾਣਦੀ ਏ। ਮਾਤਾ ਜੀ ਕਹਿਣ ਲੱਗੇ ਹਾਂ, ਉਹਦੇ ਤੇ ਸਿਰ ਦਾ ਸਾਈ ਗੁਜ਼ਰ ਗਿਆ, ਉਹਦਾ ਤੇ ਧੀ ਪੁੱਤਰ ਵੀ ਕੋਈ ਨਹੀਂ, ਬੇਬੇ ਉਹਨੂੰ ਸਾਂਭਦਾ ਕੌਣ ਹੈ।
ਦੌਲਤਾਂ ਕਹਿੰਦੀ ਹੈ ਤ੍ਰਿਪਤਾ, ਸਰੀਰ ਵੀ ਬੁੱਢਾ ਹੋ ਗਿਆ ਤੇ ਸਾਂਭਣ ਵਾਲਾ ਕੋਈ ਨਹੀਂ, ਕਿੱਥੋਂ ਖਾਂਦੀ ਏ? ਉਹ ਗਲੀਆਂ ਵਿੱਚ ਕੂੜਾ ਕਰਕਟ ਚੁੱਕਦੀ ਏ ਤੇ ਪੇਟ ਭਰਨ ਜੋਗਾ ਕਮਾ ਲੈਂਦੀ ਹੈ। ਅੱਜ ਮੈਂ ਕੀ ਵੇਖ ਰਹੀ ਹਾਂ, ਰੁੱਖਾਂ ਦੇ ਸਿਰ ਦੇ ਉੱਤੇ ਕੂੜੇ ਦਾ ਟੋਕਰਾ ਚੁੱਕਿਆ ਹੋਇਆ ਸੀ, ਕਈ ਦਿਨਾਂ ਦੀ ਬਿਮਾਰ, ਕਦੀ ਗਲੀ ਦੇ ਇੱਧਰ ਪਾਸੇ ਚੁੱਕਦੀ ਕਦੀ ਉੱਧਰ, ਮੈਂ ਸੋਚਿਆ ਵੀ ਇਹਨੇ ਡਿੱਗ ਜਾਣਾ ਹੈ, ਇਹਨੂੰ ਆਸਰਾ ਦੇਵਾਂ। ਜਦੋਂ ਚਾਰ ਕਦਮ ਅਗਾਂਹ ਟੁਰੀ, ਭੈੜੇ ਮਨ ਵਿੱਚ ਖਿਆਲ ਆ ਗਿਆ ਵੀ ਇਹਨੇ ਤੇ ਕੂੜੇ ਵਾਲਾ ਟੋਕਰਾ ਚੁੱਕਿਆ ਹੋਇਆ ਹੈ। ਮੇਰੇ ਕਦਮ ਰੁਕ ਗਏ। ਇੱਥੇ ਪਤਾ ਇਹਨੇ ਨੂੰ ਸਾਹਮਣੇ ਗਲੀ ਦੇ ਵਿੱਚ ਤੇਰਾ ਨਾਨਕ ਟੁਰਿਆ ਆਉਂਦਾ ਸੀ। ਬਣਾਓ ਭਾਵਨਾ, ਭਾਵਨਾ ਵੱਧ ਜਾਏ ਕੀਰਤਨ ਦਾ ਰਸ ਵੱਧ ਜਾਂਦਾ ਹੈ। ਗੁਰੂ ਨਾਨਕ ਦੇ ਦਰਸ਼ਨ ਕਰੋ ਕੀਰਤਨ ਵਿੱਚ। ਦੌਲਤਾਂ ਕਹਿੰਦੀ ਸਾਹਮਣੇ ਗਲੀ ਵਿੱਚ ਤੇਰਾ ਨਾਨਕ ਤੁਰਿਆ ਆਉਂਦਾ ਸੀ, ਜਿਉਂ ਹੀ ਉਹ ਗਰੀਬਣੀ ਡਿੱਗਣ ਲੱਗਦੀ ਏ, ਤੇਰਾ ਨਾਨਕ ਦੌੜ ਕੇ ਜਾ ਕੇ ਉਹਦਾ ਕੂੜੇ ਵਾਲਾ ਟੋਕਰਾ ਆਪਣੇ ਸਿਰ ਤੇ ਰੱਖ ਲੈਂਦਾ ਹੈ ਤੇ ਇੱਕ ਬਾਹ ਨਾਲ ਉਹਨੂੰ ਗਰੀਬਣੀ ਨੂੰ ਸਾਂਭ ਲੈਂਦਾ ਹੈ। ਰੁੱਖਾਂ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਜਾਂਦੀ ਤੇ ਤੇਰਾ ਨਾਨਕ ਕੀ ਕਰਦਾ ਏ? ਕੂੜੇ ਵਾਲਾ ਟੋਕਰਾ ਇੱਕ ਪਾਸੇ ਰੱਖ ਕੇ ਨਾ ਉਹਦੇ ਪੈਰਾਂ ਦੀਆਂ ਤਲੀਆਂ ਚੱਸਣ ਲੱਗ ਪੈਂਦਾ। ਜਦੋਂ ਉਸ ਗਰੀਬਣੀ ਨੂੰ ਆਈ ਹੋਸ਼, ਨਾਨਕ ਮੇਰੀਆਂ ਤਲੀਆਂ ਚੱਸਦਾ ਏ, ਛੱਡ ਦੇਣੀ ਆਪਣੀ ਪੈਰ ਪਛਾਹ ਨੂੰ ਖਿੱਚ ਲੈਂਦੀ ਏ, ਕਹਿੰਦੀ ਨਾਨਕ ਓਏ ਤੂੰ ਬੇਬੀ ਕੁਲਭੂਸ਼ਣ ਤੇ ਮੈਂ ਗਲੀਆਂ ਵਿੱਚ ਗੂੜਾ ਚੁੱਕਣ ਵਾਲੀ, ਤੂੰ ਬੇਟੀ ਕੁਲਭੂਸ਼ਣ ਮੈਂ ਗਲੀਆਂ ਚ ਗੂੜਾ ਚੁੱਕਣ ਵਾਲੀ ਤੇ ਤੇਰਾ ਨਾਨਕ ਜਿਹੜੇ ਬੋਲ ਬੋਲਦਾ ਏ, ਉਹਨਾਂ ਬੋਲਾਂ ਨੇ ਮੈਨੂੰ ਮੋਹ ਲਿਆ ਸੀ। ਮੈਂ ਦਰਵਾਜ਼ੇ ਵਿੱਚ ਖਲੋਤੀ ਸੁਣਦੀ ਸੀ ਕੀ ਕਹਿੰਦਾ ਏ। ਕਹਿੰਦਾ ਮਾਂ ਤੂੰ ਬੁੱਢੀ ਹੋ, ਨਾ ਟੋਕਰੀ ਢੋਇਆ ਕਰ, ਜੇ ਤੇਰਾ ਕੋਈ ਨਹੀਂ ਹੈ ਤੂੰ ਨਾਨਕ ਨੂੰ ਪੁੱਤਰ ਕਿਉਂ ਨਹੀਂ ਸਮਝ ਲੈਂਦੀ? ਤੁਹਾਨੂੰ ਮੇਰੇ ਬਾਬਾ ਜੀ ਜਿਨ੍ਹਾਂ ਦਾ ਕੋਈ ਵੀ